ਜਦੋਂ ਕਮੇਟੀਆਂ ਲੜਦੀਆਂ ਜਦੋਂ ਪੈਂਦੇ ਆ ਸਰੋਪਿਆਂ ਦੇ ਰੌਲੇ ਉਦੋਂ ਹੀ ਅਗਲਾ ਸਾਹਮਣੇ ਇੱਕ ਹੋਰ ਠੁੱਕ ਦਿੰਦਾ ਜਾਂ ਚੱਕ ਏਦਾਂ ਹੀ ਜਦੋਂ ਮੇਰੇ ਤੇ ਤੇਰੇ ਚ ਕਿਹਾ ਹੋਊ ਕਿ ਭਾਈ ਉਹ ਮਿੱਟੀ ਵੱਡੀ ਹੈ ਆਹ ਮਿੱਟੀ ਛੋਟੀ ਹੈ ਛੋਟੀ ਮਿੱਟੀ ਕਹਿੰਦੀ ਹੈ ਫਿਰ ਹੁਣ ਮੈਨੂੰ ਮਾਨਤਾ ਕਿੱਥੇ ਹੈ ਤੁਰਦੀ ਫਿਰ ਉਹ ਦੁਕਾਨਾਂ ਵੱਲ ਨਹੀਂ ਤਾਂ ਜਿਹੜੇ ਜਿਨ੍ਹਾਂ ਨੇ ਵੱਡੀ ਹੈ ਕਦੇ ਉਹੀ ਕਹਿ ਦਿੰਦੇ ਕਿ ਮੇਰਾ ਚਮਿਆਰ ਭਾਈ ਜੇ ਚੱਲਿਆ ਕਿਸੇ ਡੇਰੇ ਨੂੰ ਉਹਨੂੰ ਰੋਕ ਕੇ ਕਹਿੰਦਾ ਪਿਆਰ ਨਾਲ ਜਿਹੜਾ ਗੁਰੂ ਦਾ ਸਿੱਖ ਹੈ ਕਿ ਭਾਈ ਕਿੱਥੇ ਚੱਲਿਆ ਕਿਹੜੇ ਘਰੇ ਚੱਲਿਆ 1430 ਅੰਗਾਂ ਚ ਤੇਰੇ ਬਾਪ ਦੀ ਬਾਣੀ ਬੋਲਦੀ ਹੈ ਪੜ੍ਹ ਲੈ ਇਹਨੂੰ ਆ ਕੇ ਕਿਸੇ ਕੋਈ ਸਾਡਾ ਮਹਾਂਪੁਰ ਭਾਈ ਜਾਂਦਾ ਉਹਨੂੰ ਪਿਆਰ ਸਤਿਕਾਰ ਦਾ ਕਿਆ ਹੁੰਦਾ ਆਓ ਖਾਨ ਸਾਹਿਬ ਬਾਬਾ ਫਰੀਦ ਉਹਨਾਂ ਦੀ ਬਾਣੀ ਇਹਦੇ ਚ ਇਸ ਕਰਕੇ ਸਾਡਾ ਨਹੀਂ ਇਹ ਤਾਂ ਆਪਣਾ ਸਾਰਿਆਂ ਦਾ ਹੀ ਹੈ ਤਾਂ ਕਿੰਨਾ ਚੈਨ ਦੇਣਾ ਸੀ ਜਦੋਂ ਸਾਹਮਣੇ ਠੋਕ ਠੋਕ ਕੇ ਦਲੀਲਾਂ ਆਈਆਂ ਵਗੀ ਅੱਗ ਹੰਕਾਰ ਦੀ ਤੇ ਫਿਰ ਬਾਬਾ ਵੱਡੀਆਂ ਪਈਆਂ ਨਹੀਂ ਤਾਂ ਕੰਮਾਂ ਦੇ ਹਿਸਾਬ ਨਾਲ ਬਣਨ ਵਾਲੀਆਂ ਇਹ ਜਾਤਾਂ ਪਾਤਾਂ ਅੱਜ ਕਹਿੰਦੇ ਤੁਹਾਡੀ ਅਣਖ ਦਾ ਸਵਾਲ ਬਣੀਆਂ ਪਈਆਂ ਕਿ ਜੇ ਮੈਂ ਜੱਟ ਹੈ ਤਾਂ ਮੈਂ ਪਤਾ ਨਹੀਂ ਕੀ ਹਵਾਈ ਜਹਾਜ਼ ਆ ਇਹਦੇ ਕਾਰਨ ਬਣੇ ਸਾਡੇ ਗੀਤ ਸਾਡੀਆਂ ਫਿਲਮਾਂ ਸਾਡੇ ਪ੍ਰਚਾਰ ਜਿੱਥੇ ਮੇਰੇ ਵਰਗੇ ਮੂਰਖ ਨੂੰ ਸੱਚੀ ਉਹ ਭੁਲੇਖਾ ਪਏਗਾ ਕਿ ਹਾਂ ਯਾਰ ਮੈਂ ਕੁਛ ਖਾਸ ਹਾਂ ਮੈਂ ਕੁਛ ਖਾਸ ਹਾਂ ਪਰ ਇਹ ਗੱਲ ਨੇ ਅੰਤ ਤੇ ਆ ਕੇ ਹੱਸੋ ਹੀਣੇ ਮੂਡ ਦੇ ਵਿੱਚ ਇਹਦਾ ਕਲਾਈਮੈਕਸ ਹੋਣਾ ਇਹਦੇ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਦਾ ਬਸ ਨਾਮ ਉੱਥੇ ਆ ਜਿਹੜਾ ਬੰਦੇ ਨੂੰ ਬੰਦਾ ਸਮਝੇ ਔਰ ਹਰ ਇੱਕ ਦੂਜੇ ਨੂੰ ਪਿਆਰ ਕਰੇ ਪਰ ਲਫ਼ਜ਼ ਅੱਜ ਵੇਲੇ 'ਚ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਬਣ ਕੇ ਬਹਿ ਗਏ ਆਪੋ ਆਪਣੀ ਬਾਣੀ ਕਹਿ ਗਏ ਦੱਸ ਇਹਨਾਂ ਨੂੰ ਕੀ ਦਰਜਾ ਦਈਏ ਭੋਲੇ ਨੇ ਜਾਂ ਫਿਰ ਮੂਰਖ ਕਹੀਏ ਇਹ ਬਾਣੀ ਸਭ ਦੀ ਸਾਂਝੀ ਆ ਇਹ ਬਾਣੀ ਸਭ ਦੀ ਸਾਂਝੀ ਆ ਇਹਨੇ ਲੁਕਿਆ ਵੀ ਨਾ ਲੁਕਣਾ ਰੌਲਾ ਦੁਨੀਆਦਾਰਾਂ ਦਾ ਮਾਲਕਾ ਕੁੱਕਿਆ ਵੀ ਨਾ ਮੁੱਕਣਾ ਦਾ ਰੌਲਾ ਅੱਜ ਦੀ ਵਹਿਮ ਚ ਏਦਾਂ ਹੀ ਚਮਕਦਾ ਰਵੇ ਇਹ ਦੁਨੀਆਂ ਕੱਲਾ ਜੋਗੀ ਰਹਿ ਗਈ ਹੋਰਾਂ ਦੇ ਚੁੱਲੇ ਤੇ ਜਾ ਬਹਿ ਗਈ ਇਹ ਦੁਨੀਆਂ ਕੱਲਾ ਜੋਗੀ ਰਹਿ ਗਈ ਹੋਰਾਂ ਦੇ ਚੁੱਲੇ ਤੇ ਜਾ ਬਹਿ ਗਈ ਹੁਣ ਇਹ ਧਰਮਾਂ ਪਿੱਛੇ ਪੈ ਗਈ ਧਰਮਾਂ ਪਿੱਛੇ ਪੈ ਗਈ ਸਿਆਣਪ ਸਿਰ ਨੂੰ ਚੜ ਗਈ ਦੂਜੀ ਨੂੰ ਅੱਖਾਂ
ਪਈ ਵਖਾਉਂਦੀ ਉਹਦੀ ਤਾਂ ਪਹਿਲਾਂ ਹੀ ਲੜ ਗਈਆ ਅੱਖਾਂ ਪਈ ਵਖਾਉਂਦੀ ਉਹਦੀ ਤਾਂ ਪਹਿਲਾਂ ਹੀ ਲੜ ਗਈਆ ਕਮਲੀਏ ਅੱਖਾਂ ਪਈ ਵਖਾਉਂਦੀ ਉਹਦੀ ਤਾਂ ਪਹਿਲਾਂ ਹੀ ਲੜ ਗਈ ਉਹਦੀ ਲੜਕੀ ਨਾਲ ਫਕੀਰਾਂ ਕਿੱਥੇ ਲੜੀਆਂ ਜਾ ਕੇ ਉਹਦੀ ਲੜਕੀ ਨਾਲ ਫਕੀਰਾਂ ਜਿੱਥੇ ਗਾਉਂਦੀਆਂ ਮਸਤ ਜ਼ਮੀਰਾਂ ਉਹਦੀ ਲੜਕੀ ਨਾਲ ਫਕੀਰਾਂ ਜਿੱਥੇ ਗਾਉਂਦੀਆਂ ਮਸਤ ਜ਼ਮੀਰਾਂ ਰਾਜਾ ਰੱਬ ਤੇ ਰੂਹਾਂ ਹੀਰਾਂ ਰਾਜਾ ਹੀਰ ਰਾਜਾ ਰੱਬ ਤੇ ਰੂਹਾਂ ਹੀਰਾਂ ਖੇਡ ਮੱਖਿਆ ਖੇਡ ਗ੍ਰਸਤੀ ਪਿੰਡ 'ਚ ਲੱਗ ਕੇ ਨੀਵੇਂ ਹੋ ਕੇ ਆਪਣੀ ਯਾਤਰਾ ਲੱਗ ਪੂਰੀ ਕਰ ਲਈ ਔਰ ਜਾ ਕੇ ਫਿਰ ਉਹਨਾਂ ਮਸਤਾਂ ਦੇ ਵਿਹੜਿਆਂ 'ਚ ਨੱਚੇ ਜਿਹੜੇ ਹੁਣ ਪਤਾ ਨਹੀਂ ਕੀ ਨੱਚਿਆ ਹੋਊ ਉਹਨਾਂ ਦਾ ਦੇਰ ਅਰਗੇ ਦਾ ਤਾਂ ਹਜੇ ਉੱਥੇ ਲੋਕਲਾ ਹੀ ਨੱਚਦਾ ਹੈ ਸੋ ਨਾਚੇ ਮਸਤਾਂ ਦੇ ਵਿਹੜੇ ਇਹ ਭਾਜੀ ਹੋਣੀ ਹੋਣਾ ਇਹਨੇ ਸਾਹਿਬ ਜੀ ਤੁਸੀਂ ਹੁਣ ਆ ਰਹੇ ਹੋ ਬਾਬੇ ਹੁਣ ਤਾਂ ਫੋਨ ਕਰਦੇ ਅਸੀਂ ਘਰੇ ਆ ਜਾਂਦੇ ਜੀ ਆ ਜੀ ਆ ਜੀ ਆ ਨਾ ਤੂੰ ਬਸ ਮਾਰ ਹਾਂ ਮਾਈ ਇੰਗਲਿਸ਼ ਇਜ਼ ਫਿਨਿਸ਼ ਨਾਓ ਬੱਚਾ ਤੇ ਬੱਚਾ ਉਹੀ ਹੈ ਜਿਹੜਾ ਬੱਚਿਆ ਹੋਇਆ ਬਾਕੀ ਬੱਚਾ ਨਹੀਂ ਹੈ ਕਿਉਂਕਿ ਬੱਚੇ ਹੋਏ ਨੂੰ ਕਹਿ ਸਕਦੇ ਭਈਏ ਬੱਚਾ ਜਿਹੜਾ ਡੰਗਿਆ ਗਿਆ ਉਹ ਤਾਂ ਕਵਰ ਕਰੇ ਵਾਲਾ ਬੱਚਿਆ ਹੋਏ ਬੱਚਾ ਜਿਹੜਾ ਉਹਨਾਂ ਪੰਜਾਂ ਤੋਂ ਬਚਿਆ ਹੋਇਆ ਉਹ ਬੱਚਾ ਭਾਵੇਂ ਉਮਰਾਂ ਸੌ ਸੌ ਸਾਲ ਦੀਆਂ ਨਾ ਦੀਆਂ ਫਿਰ ਵੀ ਬੱਚਾ ਹੀ ਹੈ ਆਓ ਨਾ ਜਾਈ ਮਸਤਾਂ ਦੇ ਵਿਹੜੇ ਪੱਕੀ ਗੱਲ ਹੈ ਮੈਨੂੰ ਵੀ ਗੱਲਾਂ ਆਉਣ ਲੱਗ ਗਈਆਂ ਮੈਂ ਲਿਖ ਕੇ ਲਿਆ ਪਰ ਪਹਿਲੇ ਦੋ ਸ਼ੋਆਂ 'ਚ ਤਾਂ ਜਿਹੜੀ ਇਹ ਵਧੀਆ ਸੁਣੇ ਬਾਕੀ ਪਤਾ ਵੀ ਉਹਨਾਂ ਦਾ ਵੀ ਕੋਈ ਨੀ ਕਿ ਉਹ ਵੀ ਯੂ ਆਰ ਲੁਕਿੰਗ ਔਸਮ ਕਹਿੰਦੇ ਹੁਣ ਤੇ ਇੱਥੇ ਬੈਠੇ ਹੁਣ ਉਹ ਤਾਂ ਇੱਕ ਮਸਤਾਂ ਦੀ ਲਾਈ ਜਾਣੀ ਤਾਂ ਉਹ ਯਾਤਰਾ ਨੂੰ ਦੇਖਦੇ ਹੋਏ ਇਹ ਮਨ 'ਚ ਖਿਆਲ ਆਉਂਦਾ ਹੈ ਕਿ ਯਾਰ ਵਾਹ ਵਾਟ ਅ ਬਿਊਟੀਫੁਲ ਲਾਈਫ ਮੈਨ ਤਾਂ ਉਹ ਕਹਿੰਦਾ ਵਿਹੜੇ ਮਸਤਾਂ ਦੇ ਜਾਣ ਤੋਂ ਮੈਂ ਰੋਕਦਾ ਨੀ ਵਿਹੜੇ ਮਸਤਾਂ ਦੇ ਜਾਣ ਤੋਂ ਮੈਂ ਰੋਕਦਾ ਨੀ ਮੇਰੇ ਵੱਲੋਂ ਤੂੰ ਨਿੱਤ ਨਿੱਤ ਜਾ ਜੀ ਸਦਕੇ ਘਰੇ ਟੇਕ ਹੈ ਨੀ ਤੇ ਮਨ ਪਿਆ ਭੱਜਦਾ ਏ ਕਿਹੜੇ ਤੀਰਥਾਂ ਦੇ ਭਾਵੇਂ ਨਾ ਜੀ ਸਦਕੇ ਪਰ ਮੈਂ ਅੰਦਰਲੀ ਕਰਮਾਂ ਦੇ ਨਾਲ ਧੋ ਹੋਣੀ ਉਂਝ ਸਰੋਵਰਾਂ ਚ ਨਾ ਨਿੱਤ ਜੀ ਸਦਕੇ ਉਹ ਪ੍ਰਸ਼ਾਦ ਗੁਰੂ ਦੀ ਰਹਿਮਤ ਦਾ ਹੈ ਭਾਵੇਂ ਬਾਬਾ ਜੀ ਤੋਂ ਲੈ ਕੇ ਖਾ ਜੀ ਸਦਕੇ ਚਾਰ ਪੋਥੀਆਂ ਪੜ ਜਦੋਂ ਗਿਆਨ ਹੋ ਜਾਏ ਕਿਸੇ ਹੋਰ ਦੇ ਕੰਨਾਂ ਚ ਬਾਜੀ ਸਦਕੇ ਰਬਾਬ ਮਰਦਾਨੇ ਦੀ ਤੇ ਬਾਣੀ ਬਾਬੇ ਨਾਨਕ ਦੀ ਜਿੱਥੇ ਦਿਲ ਕਰਦਾ ਬਹਿ ਕੇ ਗਾਜੀ ਸਦਕੇ ਨੱਚ ਨੱਚ ਕੇ ਯਾਰ ਮਨਾਉਣ ਨੂੰ ਜੇ ਜੀ ਕਰਦਾ ਉਹ ਕਹਿੰਦਾ ਵੀ ਕਰਨਾ ਪਰ ਕਈ ਵਾਰੀ ਜੀ ਕਰਦਾ ਕਿ ਹੁਣ ਮਸਤਾਨੇ ਹੋ ਜਾਈਏ ਉਹ ਕਹਿੰਦਾ ਇਹ ਵੀ ਕਰਕੇ ਦੇਖ ਲਈ ਨੱਚ ਨੱਚ ਕੇ ਜੇ ਯਾਰ ਮਨਾਉਣ ਨੂੰ ਜੀ ਕਰਦਾ ਸੰਗਾ ਸ਼ਰਮਾ ਨੂੰ ਭਾਵੇਂ ਲਾ ਜੀ ਸਦਕੇ ਵਿੱਚ ਬਾਣਿਆਂ ਦੇ ਜੇ ਰੱਬ ਦੀ ਮਹਿਕ ਆਉਂਦੀ ਵਿੱਚ ਬਾਣਿਆਂ ਦੇ ਕਈ ਵਾਰੀ ਚੰਗੇ ਲੱਗਦੇ ਆ ਕਿ ਸੰਤਰੀ ਪਾਈਏ ਕਈ ਵਾਰੀ ਚੰਗੇ ਲੱਗਦੇ ਆ ਲਾਲ ਪਾਈਏ ਉਹ ਕਹਿੰਦਾ ਇਹ ਵੀ ਕਰਕੇ ਦੇਖ ਲਈ ਵਿੱਚ ਬਾਣਿਆਂ ਦੇ ਜੇ ਰੱਬ ਦੀ ਮਹਿਕ ਆਉਂਦੀ ਤਾਂ ਜਿਹੜਾ ਮਰਜ਼ੀ ਤੂੰ ਰੰਗ ਪਾ ਜੀ ਸਦਕੇ ਇੱਕ ਬਾਬੇ ਦੇ ਜਾ ਕੇ ਗੱਲ ਨਹੀਂ ਬਣਦੀ ਜੇ ਇੱਕ ਬਾਬੇ ਦੇ ਜਾ ਕੇ ਗੱਲ ਨਹੀਂ ਬਣਦੀ ਤਾਂ ਬਦਲ ਬਦਲ ਕੇ ਬਾਬਿਆਂ ਦੇ ਜਾ ਜੀ ਸਦਕੇ ਇਹ ਵੀ ਸਮੱਸਿਆ ਅੱਜ ਕੱਲ੍ਹ ਸਾਡੇ ਲੋਕਾਂ ਦੀ
ਆਮ ਸੁਣਿਆ ਕਿ ਯਾਰ ਮੈਂ ਪਹਿਲਾਂ ਉਹਨਾਂ ਕੋਲ ਗਿਆ ਗੱਲ ਨਹੀਂ ਬਣੀ, ਫਿਰ ਮੈਂ ਉਹ ਫਲਾਣੇ ਮਹਾਂਪੁਰਸ਼ਾਂ ਕੋਲ ਗਿਆ, ਉੱਥੇ ਵੀ ਕੰਮ ਅੱਧ ਚੱਲਦਾ ਜਿਹਾ ਰਹਿ ਗਿਆ, ਫਿਰ ਭਾਈ ਮੈਨੂੰ ਦੱਸ, ਫਿਰ ਮੈਂ ਉਹਨਾਂ ਦੇ ਗਿਆ ਤੇ ਫਿਰ ਮੁੰਡਾ ਉੱਥੋਂ ਹੋਇਆ। ਮੈਂ ਕਿਹਾ ਅੱਛਾ ਤੇਰੀ ਕਿਰਪਾ ਤੇਰਾ ਮੁੰਡਾ ਇੱਥੇ ਦੁਨੀਆ ਮਾਵਾਂ, ਮੈਂ ਕਿਹਾ ਟੱਕਰਾਂ ਮਾਰਦੀ ਫਿਰਦੀ ਹੈ ਕਿ ਜਨਮ ਮਰਨ ਤੋਂ ਪਾਸੇ ਕਰ ਲਾ ਪਾਸੇ, ਤੂੰ ਆ ਜਾ ਵੀ ਮੁੰਡਾ ਹੀ ਮੰਗੀ ਜਾਂਦਾ। ਇੱਕ ਬਾਬੇ ਦੇ ਜਾ ਕੇ ਗੱਲ ਨਹੀਂ ਬਣਦੀ ਤਾਂ ਬਦਲ ਬਦਲ ਕੇ ਬਾਬਿਆਂ ਦੇ ਜਾ ਜੀ, ਸਦਕੇ ਦਵਾਈ ਪੁੱਛਣ ਲਈ ਨਹੀਂ ਇੱਦਾਂ ਖਾਣ ਲਈ ਹੈ, ਉਂਝ ਡਾਕਟਰ ਦੇ ਜਾ ਨਿਤ ਜੀ, ਸਦਕੇ ਪਰਚੀ ਨੂੰ ਲੱਭਦਾ ਏ ਉਹ ਤਾਂ ਤੇਰੇ ਅੰਦਰ ਹੀ ਹੈ, ਕਿਹੜਾ ਸਾਰੇ ਸੰਸਾਰ ਦਾ ਲਾ ਭਾਵੇਂ ਜੀ, ਸਦਕੇ ਨੀ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ, ਆ ਦੁਨੀਆ ਪਈ ਖਸਮਾਂ ਨੂੰ ਖਾਵੇ, ਆ ਦੁਨੀਆ ਪਈ ਖਸਮਾਂ ਨੂੰ ਖਾਵੇ, ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ, ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ, ਨੀ ਰੂਹ ਅੱਲਾ ਅੱਲਾ ਗਾਵੇ। ਆ ਨਾਲ ਉਹ ਖਾਨ ਸਾਹਿਬ ਦੀਆਂ ਲਾਈਨਾਂ, ਇੱਥੇ ਮੈਂ ਇੰਟਰਵਿਊ 'ਚ ਵੀ ਕਈ ਸੱਜਣਾਂ ਨੇ ਪੁੱਛਿਆ ਤਾਂ ਉਹ ਕਵਾਲੀ ਦੇ ਬੋਲ ਖਾਨ ਸਾਹਿਬ ਦੇ ਚੇਤੇ ਹੁੰਦੇ, ਅੱਜ ਵੀ ਪੜ੍ਹਦੇ ਆਪਾਂ। ਤੁਸੀਂ ਬਾਬੇ ਹੋ ਲੁਕ ਲੁਕ ਕੇ ਕੀ ਕਰਦੇ ਹੁੰਦੇ ਹੋ, ਖਾਨ ਸਾਹਿਬ ਦੀਆਂ ਲਾਈਨਾਂ। ਤੁਮੇ ਦਿਲ ਲਗੀ ਜਾਣੀ ਪੜੇਗੀ, ਤੁਮੇ ਮੁਹੱਬਤ ਕੀ ਰਾਹ ਹੋ ਮਿਆ ਕਰ ਤੋ ਦੇਖੋ, ਤੜਪਨੇ ਪੇ ਤੇਰੇ ਨਾਮ ਫਿਰ ਤੁਮ ਹੱਸੋਗੇ, ਤੜਪਨੇ ਪੇ ਤੇਰੇ ਨਾਮ ਫਿਰ ਤੁਮ ਹੱਸੋਗੇ, ਕਭੀ ਦਿਲ ਲਗਾ ਕਰ ਤੋ ਦੇਖੋ, ਕਭੀ ਦਿਲ ਕਿਸੇ ਲਗਾ ਕਰ ਤੋ ਦੇਖੋ, ਭਰਜਾਈਆਂ ਤਿੰਨ ਕੰਧ ਸਾਂਝੀ ਸਾਡੀ, ਸਤਰਾ ਬਾਈ ਖੁਰਨੀ ਉਹਨਾਂ ਦੀ ਵੀ ਨਾਲ ਤੇ ਸਾਡੀ ਵੀ ਨਾਲ। ਮੈਂ ਸਿੱਖ ਕੇ ਆਇਆ ਕਰਾਂ ਘਰੇ ਵਿਹੜੇ ਚ ਮੰਜੇ ਤੇ ਵਾਜਾ ਰੱਖ ਕੇ ਮੈਂ ਲੱਗ ਜਾ ਕਰਾਂ ਸਾਰੇ। ਉਹ ਮੇਰੀ ਭਰਜਾਈ ਨੇ ਪੁੱਛਣਾ ਖੁਰਨੀ ਤੇ ਚੜ੍ਹ ਕੇ ਮੇਰੀ ਮਾਂ ਨੂੰ, ਚਾਚੀ ਇਹ ਆਪਣਾ ਕਮਰਪਾਲ ਕੀ ਕਰਦਾ। ਮਾਂ ਮੇਰੀ ਅੱਕੀ ਵੀ ਉਹ ਕਹਿੰਦੀ ਪਤਾ ਨਹੀਂ ਜੀ ਇਹ ਕਿੱਦਾਂ ਕੀ ਕਰਦਾ, ਸਿੱਖ ਸੁੱਖ ਕੇ ਆਉਂਦਾ ਕੁਛ ਆਉਂਦਾ ਘਰੇ ਬਾਰੇ ਕਰਦਾ ਰਹਿੰਦਾ, ਅੱਕ ਕੇ ਤਲਖੀ ਚ ਜਵਾਬ ਦੇਣਾ। ਆ 2013 ਤੋਂ ਬਾਅਦ ਮੇਰੇ ਚਾਰ ਗੀਤ ਚੱਲ ਗਏ, ਚਾਰ ਪੈਸੇ ਆ ਗਏ, ਮੇਰੀ ਮਾਂ ਨੂੰ ਗੱਲਾਂ ਆਉਣ ਲੱਗ ਗਈਆਂ।
ਹੁਣ ਉਹਨੂੰ ਕਦੇ ਪੰਜਾਬ ਗਏ ਮਿਲੇ ਤਾਂ ਪੁੱਛ ਕੇ ਦੇਖਿਓ ਵੀ ਵੀ ਮਾਂ ਜੀ ਹੁਣ ਤੁਹਾਡਾ ਬੇਟਾ ਕੀ ਗਾਉਂਦਾ ਹੈ। ਹੁਣ ਆਖਣ ਕੇ ਮੇਰਾ ਮੇਰਾ ਬੇਟਾ ਕਲਾਸੀਕਲ ਗਾਉਂਦਾ। ਮਜ਼ੇ ਦੀ ਬਾਤ ਇਹ ਹੈ ਕਿ ਪਤਾ ਕਰੋ ਕਿਹਨੇ ਦੱਸਿਆ ਉਹਨੂੰ ਕਿ ਹੁਣ ਕਲਾਸੀਕਲ ਗਾਉਂਦਾ ਹੈ। ਤੜਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਤੱਕਰੀ ਪੱਕੇ ਮਸਤਾਂ ਦੇ ਪਹਾੜੇ ਦੀ ਤੇਰੇ ਬਦਲ ਦੇਣ ਕੇ ਪਹਾੜੇ ਦੀ ਇਹ ਗੱਲ ਤਾਂ ਸੀ ਮੇਰੇ ਵਰਗੇ ਡਰਾਮੇ ਬਾਜ ਦੀ, ਪਰ ਕਦੇ ਪਤਾ ਉਦੋਂ ਲੱਗਦਾ ਹੈ ਜਦੋਂ ਘਰ ਵਾਲੀ ਅੰਦਰ ਹੈ ਆਪਰੇਸ਼ਨ ਥੀਏਟਰ 'ਚ ਪੰਜ ਮਿੰਟਾਂ ਨੂੰ ਨਰਸਰੀ ਆ ਕੇ ਕਹਿਣਾ ਮੁੰਡਾ ਕਿ ਕੁੜੀ। ਕਮਰੇ ਦੇ ਬਾਹਰ ਜਿਹੜੀਆਂ ਸਟੀਲ ਦੀਆਂ ਕੁਰਸੀਆਂ ਜਿਹੀਆਂ ਪਈਆਂ ਹੁੰਦੀਆਂ, ਮਾਂ ਪੁੱਤ ਉੱਥੇ ਬੈਠੇ ਹੁੰਦੇ ਆ। ਹੁਣ ਮੇਰੇ ਵਰਗੇ ਨੇ ਹਰ ਇੱਕ ਸਟੇਜ 'ਤੇ ਬੋਲਿਆ ਹੁੰਦਾ ਕਿ ਜੀ ਧੀ ਪੁੱਤ 'ਚ ਕੋਈ ਫਰਕ ਨਹੀਂ ਹੈ, ਨਿਆਣਾ ਲਾਇਕ ਹੋਵੇ ਮੁੰਡਾ ਕੀ ਅਤੇ ਕੁੜੀ ਕੀ। ਉਸ ਵੇਲੇ ਉਹ ਕੁਰਸੀ 'ਤੇ ਬਹਿ ਕੇ ਜਿਹੜਾ ਅੰਦਰ ਚੱਲ ਰਿਹਾ ਨਾ, ਉਹ ਕਰੋੜ 'ਚੋਂ 99,99,000 ਅਤੇ 999 ਉਹੀ ਹੈ ਜਿਹੜੇ ਕਹਿੰਦੇ ਕਿ ਚੱਲ ਕੋਈ ਨਹੀਂ ਮੈਂ ਬੋਲਿਆ ਤਾਂ ਬਥੇਰਾ ਹੈ, ਵੀ ਰੱਬਾ ਐਤਕੀ ਮੁੰਡਾ ਦੇ ਦੇ ਕੋਈ ਨਹੀਂ, ਬਾਅਦ 'ਚ ਦੋ ਕੁੜੀਆਂ ਦੇ ਦੀ। ਕੋਈ ਕਰਮ ਤਾਂਹੀਓ 99,99,000 ਅਤੇ 999 ਤਾਂਹੀਓ ਇਹ ਆਪਾਂ 1 ਕਰੋੜ 'ਚੋਂ ਲਾ ਲਿਆ। ਉਹਨੇ ਤਾਂ ਕੋਟਰ ਮੇ ਕੋ ਹੁਣ ਤਾਂ ਕਈ ਕਰੋੜਾਂ 'ਚੋਂ ਇੱਕ ਕਿਹਾ ਸੀ ਕਿ ਜਿਹੜਾ ਵਾਕਈ ਕਹਿਣੀ ਔਰ ਕਰਨੀ ਦਾ ਕਹੂਗਾ, ਨਹੀਂ ਤਾਂ ਮੇਰੇ ਵਰਗੇ ਤਾਂ ਕਦੂਆ ਪੈ ਜਾਂਦਾ ਨਾਲ ਦੀ। ਯਾਰ ਕੋਈ ਨਹੀਂ ਹੁਣ ਮੈਂ ਬੋਲ ਬੈਠਾ ਤਾਂ ਫਿਰ ਕੀ ਹੋ ਗਿਆ, ਤੂੰ ਭਾਈ ਕੀ ਮੁੰਡਾ ਹੁੰਦਾ ਅਤੇ ਫਿਰ ਦੋ ਕੁੜੀਆਂ ਵੀ ਹੋ ਜਾਣਗੀਆਂ ਤਾਂ ਕੋਈ ਚੱਕਰ ਨਹੀਂ। ਕੋਈ ਕਰਮ ਵਾਲਾ ਹੈ, ਕੋਈ ਕਰਮ ਵਾਲਾ ਜਿਹੜਾ ਧੀ ਆ ਗਈ ਤਾਂ ਮਨ ਟਿਕਿਆ ਹੋਇਆ ਬੜਾ ਚੈਨ 'ਚ ਬੈਠਾ ਜਿਹੜਾ, ਔਰ ਇਹੀ ਪ੍ਰਾਪਤੀ ਹੈ, ਉਹੀ ਹੈ ਰੱਬ ਦਾ ਬੰਦਾ ਜਿਹਨੂੰ ਵਾਕਿਆ ਲੱਗਣ ਲੱਗ ਗਿਆ ਕਿ ਧੀਆਂ ਤੇ ਪੁੱਤ ਨਹੀਂ ਤਾਂ ਮੈਂ ਉਹ ਕਿੱਦਾਂ ਬੋਲੀਦਾ ਨੌ ਦਰਵਾਜ਼ੇ ਲੰਘ ਕੇ ਨਜ਼ਮਾਂ ਕਿੱਦਾਂ ਖੋਲੀਦਾ ਬਿਨਾਂ ਤੇਲ ਬਿਨ ਬੱਤੀਓਂ ਦੀਵਾ ਕਿੱਥੇ ਜਗਦਾ ਹੈ ਬੰਦ ਅੱਖਾਂ ਨਾਲ ਨਿਰਾਕਾਰ ਨੂੰ ਕਿੱਦਾਂ ਟੋਲੀਦਾ ਰੋਡ ਦੇ ਵਧੀਆਂ ਤੇ ਬਣ ਕੇ ਆ ਜਾ You understand what I am saying? No. But you enjoying? Oh. Phir aur de badhiya ban ke aa ja. Thanks a lot. For this gorgeous appreciation. For this beautiful music. Yeah. Now finish. ਰੋੜ ਦੇ ਵਧੀਆਂ ਤੇ ਬਣ ਕੇ ਲਾ ਜਾ ਉਹ ਛਲ ਸਮੁੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਇਹ ਗੱਲ ਸੁਣਾ ਦੇ ਅੰਦਰ ਨੀ ਤੁਰ ਜਾਏਗੀ ਨੀ ਤੁਰ ਜਾਏਗੀ ਨੀ ਤੁਰ ਜਾਏਗੀ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਤੋਰਨਗੇ ਭੈਣਾਂ ਵੀਰੇ ਨੀ ਤੇਰੇ ਬਨ ਕੇ ਸ਼ਗਨ ਕਲੀਰੇ ਨੀ ਇੱਕ ਦਿਨ ਤੁਰ ਜਾਏਗੀ ਮੈਂ ਕਰਦੀ ਹੀਰੇ ਦੀ ਇੱਕ ਦਿਨ ਤੁਰ ਜਾਏਗੀ ਸਦਾ ਨਾ ਬੈਠੀ ਰਹਿਣਾ ਪੇਕੇ ਨੀ ਦੇਣੇ ਭੈਣੇ ਖਸਮ ਨੂੰ ਲੇਖੇ ਉਹ ਭੈਣੇ ਸਦਾ ਨਾ ਬੈਠੀ ਰਹਿਣਾ ਪੇਕੇ ਨੀ ਦੇਣੇ ਭੈਣੇ ਖਸਮ ਨੂੰ ਲੇਖੇ ਬੜੇ ਮਾਮਲੇ ਭੀੜੇ ਦੀ ਬੜੇ ਮਾਮਲੇ ਭੀੜੇ ਉੱਥੇ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਜਾਣ ਗਏ ਉਹ ਮਾਮਲੇ ਬੜੇ ਮਾਮਲੇ ਭੀੜੇ ਨੀ ਇੱਕ ਦਿਨ ਤੁਰ ਜਾਏਗੀ ਵਿੱਚ ਵਿੱਚ ਜਗਾਲਾ ਕਰਨ ਨੂੰ ਕਹਿ
रिश्तेदारी या यारी में रिश्तेदारी या यारी में रिश्तेदारी या यारी में रिश्ते पता क्यों उधर ले करो आजाओ या कहना तेरे सुखा दे संगी ने सारे तेरे सुखा दे संगी ने सारे ते दुखा वेले कोई ना पूछे बाला वे मैं तेरी मामी बोलती है वे भाई रुपया ली मगर मामी बड़ा लेट बोली है कहते हैं ना पाकिस्तानी शहर यार तू कितने जे यार तू कितने जे तब भाई है वो है ना माया तेरे तीन नाम परसू परसा ते परसरा जी यही सच है ताई करना जो चार हमने भी है सत्कार सब तक करिए पर कदे मंच पर खड़ा पाई है क्या ओ मेरा एक कोई है तू मेरा I have $20 our guru say what is say listen करके बूटे हरे बेचे कदे भी सुख दे ना करके बूटे हरे बेचे कदे भी सुख दे ना बल्ले बाबा तेरे ये तेरे बीवी मुकदे ना अल्ले बाबा तेरे तेरे बीवी मुकदे ना अल्ले बाबा तेरे तेरे बीवी मुकदे ना राम नाम दे बेड़े ले बाबा कदे भी रुकदे ना अल्ले बाबा तेरे ये तेरे बीवी मुकदे बल्ले बाबा तेरे बीवी मुक देना अती राती पैदा आशकां दे वेले अती राती पैदा आशकां दे वेले वे किता तेरे इश्क दा वाकई ये पता लग जाएगा यार छोटा ही है पर कर्मा वाला नहीं लगू पता है नहीं तब माना जाए गीत चलिया नहीं बहुत ही लगन लग जाता हाँ मैं कुछ हाँ और एक को मैं कदा नहीं अजय तक को मैं कदा कोई लम्बे नहीं जरा निकल गया इस चिरास्ती ने गेट से जरा फंस गया वो पावे नॉन लग गया, पावे फिल्मा बनाने लग गया, पावे चैनल ना बाहर को बन गया, पावे ट्रक का दिया ट्रांसपोर्ट ना पार गया, पावे होर बिजनेस जो भी कर लिया, कोई कहता सुनिया हो यार बस, वो लाइन सारे तो याद है, पुके आप पुखना उतरी, जब बंदा कोई यहाँ पा, स्टेटमेंट हर वेले, सामने दीदी अब यहाँ पाई, ये समान में रचना नहीं जिन्ना मर्जी इकट्ठा कर ला पर बात नहीं मैनू लगता है रजूगा चार ट्रक ने जिते सत्त हो गए देखी रजूगा आज पांच स्टोर ने जिते सत्त हो गए ये लगता रजूगा पर जिते सत्त होते हैं उते ही किसी बारह वाले का फोन आ जाता है कि मेरे पास बारह है अच्छा फिर आना मुख्य मुखना उतरी जब बंदा पूरी हम पार अच्छा फिर मनु कहना नहीं नहीं जितने बारह आगे देखिए रजूगा आही पता नहीं केड़ा केड़ा है ये सच्ची मैं हाँ कपड़े ही कले लाल पाए हुए अंदर मेरे भी हो ही रहा तब आही क्या सकाई है जी आज 50, 60, 70, 80 साल बड़े राम ना लग रहे हैं जस्टन आखर वाले ये खा बंद हो जा रही है वो तो मैं लगता भी लेखा ये चक्के जाता हूँ यार हाँ ये पागला पच्चीस तो ही खा जाता है यार पर वो तो मैंने मेरे भाई फिर पछताया कि भजनों चिड़िया खेत चौकियां ते मार किया और डारी फिर किया तार खुपे वाली
ਬਾਬਾ ਦੇ ਲੋਚੇ ਕਹਿੰਦਾ ਕੰਵਰ ਵੀਰ ਦਾਦੇ ਪੜਦਾਦਿਆਂ ਦਾ ਹੀ ਕੰਮ ਜਿਹਾ ਗਾਈ ਜਾਂਦੇ ਆਪਾਂ ਅੱਜ ਕੱਲ੍ਹ ਜੇ ਆਖੀਏ ਕੁਛ ਗਾਉਣ ਨੂੰ ਤਾਂ ਕਟਰ ਪਾਉਣ ਨੂੰ ਹੈ ਨੀ ਕੁਛ ਧਰਨਾ ਦੀ ਗੱਲ ਚਪੇੜ ਨੂੰ ਬੱਜੀ ਮੇਰੇ ਕਿ ਗੱਲ ਸਹੀ ਹੈ ਜਿਹੜੀਆਂ ਗੱਲਾਂ ਅਸੀਂ ਬੋਲ ਕੇ ਸਰੋਤੇ ਤੋਂ ਤਾੜੀਆਂ ਵਰਵਾਉਣੇ ਆ ਚੈੱਕ ਕਰਿਓ ਉਹ ਸਾਰੀਆਂ ਗੱਲਾਂ ਹੀ ਸਾਡੇ ਪਿਓ ਦਾਦਿਆਂ ਦੀਆਂ ਸਾਰੀਆਂ ਗੱਲਾਂ ਕੋਈ ਵੀ ਗੱਲ ਕਰ ਲਓ ਜਿਹੜੀ ਚੈਨ ਦਿੰਦੀ ਹੈ ਔਰ ਲੇਟ ਕਿਹਦੇ ਨਾਲ ਆ ਸਾਡੇ ਪਿਓ ਵਾਲੀ ਪੀੜ੍ਹੀ ਦਾ ਜਾਂ ਸਾਡੇ ਦਾਦਿਆਂ ਵਾਲੀ ਪੀੜ੍ਹੀ ਦਾ ਗੱਲ ਤਾਂ ਕਹਿ ਗਿਆ ਛੇ ਲਫ਼ਜ਼ਾਂ 'ਚ ਪਰ ਉਹ ਸੀ ਬੜੀ ਵੱਡੀ ਕਿ ਅੱਜ ਦੇ ਸਮੇਂ 'ਚ ਯਾਰ ਜੇ ਡਿਸਕਸ ਕਰਦੇ ਹਾਂ ਸਟੇਜਾਂ 'ਤੇ ਤਾਂ ਨਸ਼ਾ ਬੇਰੁਜ਼ਗਾਰੀ ਅਨਪੜ੍ਹਤਾ ਕੰਮਾਂ ਦੀ ਘਾਟ ਸਰੀਰਕ ਤੰਦਰੁਸਤੀ ਤਾਂ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਯਾਰ ਸਮੱਸਿਆਵਾਂ ਹੀ ਆ ਪਰ ਜਦੋਂ ਕੋਈ ਮਾੜਾ ਮੋਟਾ ਚੈਨ ਦੀ ਗੱਲ ਕਰਦੇ ਤਾਂ ਵਾਕਈ ਉਹ ਸਾਡੇ ਪਿਓ ਦਾਦਿਆਂ ਦੀ ਹੈ ਤਾਂ ਭਾਈ ਇਹ ਜ਼ਿੰਮੇਵਾਰੀਆਂ ਬੋਲਦੀਆਂ ਜਿਹੜੇ ਬੈਠੇ ਹੋ ਵਿੱਚ 20 ਤੋਂ ਲੈ ਕੇ 30 35 ਤੱਕ ਵਾਲੇ ਜੇ ਮੋਢਿਆਂ 'ਤੇ ਆ ਭਾਵੇਂ ਪੰਜਾਬ ਆ ਭਾਵੇਂ ਕੈਨੇਡਾ ਮੋਢੇ ਤਾਂ ਜਵਾਨੀ ਦੇ ਹੁੰਦੇ ਆ ਹਮੇਸ਼ਾ ਇਹਨਾਂ ਨੇ ਬਣਾਈਆਂ ਜਦੋਂ ਵੀ ਬਣਾਈਆਂ ਇਹਨਾਂ ਨੇ ਵਿਗਾੜੀਆਂ ਲੋਕਾਂ ਨੇ ਇਹ ਉਹਨਾਂ ਕੀ ਦਿੰਦੇ ਆ ਜਿੰਨਾ ਕਹੇਗਾ ਔਰ ਇਹੀ ਹੈ ਖੂਬਸੂਰਤ ਗੱਲ ਮੂੰਹ ਰੱਖਣ ਵਾਲੇ ਨੂੰ ਪੰਜਾਬੀ ਚ ਮੂਰਖ ਕਹਿੰਦੇ ਆ ਔਰ ਇਹ ਨਹੀਂ ਰੱਖਦੇ ਇਹ ਗੱਲ ਨੂੰ ਸੁਣਦੇ ਆ ਹੋ ਸਕਦਾ ਮੰਨਦੇ ਸਾਡੇ ਤੋਂ ਵੀ ਵੱਧ ਹੋਣ ਪਰ ਰੌਲਾ ਪਾਸੇ ਇੱਕ ਬਾਹਲਾ ਸਿਰ ਜਾ ਨਹੀਂ ਲਾਉਂਦੇ ਹੁਣ ਤੁਹਾਡੀ ਮੈਂ ਤਾਰੀਫ ਕਰਦੀ ਠੋਕ ਕੇ ਔਖੇ ਵੇਲੇ ਜਦ ਦੂਹਾਂ ਆ ਸੱਸਾਂ ਤੇ ਚੜ੍ਹਦੀਆਂ ਨੇ ਹੁਣ ਜਿੰਨਾ ਜਿੰਨਾ ਦੀਆਂ ਸੱਸਾਂ ਆਪਣੀਆਂ ਨੂਹਾਂ ਨੂੰ ਤੰਗ ਕਰਦੀਆਂ ਨੇ ਉਹ ਤਾਂ ਨੂੰ ਮੂੰਹ ਕਰਕੇ ਇੱਕ ਬੋਲੀ ਪੜ੍ਹਦੀਆਂ ਨੇ ਉਹ ਕਹਿੰਦੀਆਂ ਵੇ ਰੱਬਾ ਵੇ ਰੱਬਾ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਵੇ ਰੱਬਾ ਬੜੀਆਂ ਬੋਲੀਆਂ ਟਾਈਮ ਲੱਗਿਆ ਕਦੇ ਪੰਜਾਬੀ ਲਿਟਰੇਚਰ ਪੜ੍ਹਿਓ ਜ਼ਰੂਰ ਬੜੀਆਂ ਬੋਲੀਆਂ ਨੂੰ ਸੱਸਾਂ ਦੀਆਂ ਇੱਕ ਉਹ ਕਿੱਦਾਂ ਹੁੰਦੇ ਆ ਸੱਸ ਮੇਰੀ ਨੇ ਮੁੰਡੇ ਜੰਮੇ ਬਾਈ 22 ਇਹ ਹੋਣ ਵਾਲੇ ਮੁੰਡੇ ਨਾ ਹੈਰਾਨ ਹੁੰਦੇ ਆ ਵੀ ਯਾਰ ਤੂੰ ਝੂਠ ਬੋਲੀ ਜਾਂਦਾ ਬਾਈ ਅੱਜ ਤੋਂ 30 ਸਾਲ ਪਿੱਛੇ ਜਾਓ ਏਦਾਂ ਹੀ ਹੁੰਦਾ ਸੀ ਭਾਈ ਜਿਹਨੂੰ ਮਰਜ਼ੀ ਪੁੱਛਣਾ ਗਿੱਲ ਸਾਹਿਬ ਕਿ ਬਖਤਿਆਰ ਸਿੰਘ ਤੇਰੇ ਕਿੰਨੇ ਆ ਮੇਰੇ 15 ਕਰਤਾਰ ਸਿੰਘ ਤੇਰੇ ਕਿੰਨੇ ਆ ਭਾਈ ਮੇਰੇ 12 ਨਾਦਰ ਸਿੰਘ ਤੇਰੇ ਯਾਰ ਮੈਂ ਫੌਜ 'ਚ ਸੀ ਮੇਰੇ 11 ਲੱਗੇ